ਜੀ ਮੇਰਾ ਖਿਆਲ ਹੈ ਤੁਸੀਂ ਥੱਕ ਗਏ ਹੌਲੀ ਹੌਲੀ ਥੱਕ ਗਏ ਮੈਂ ਜਿਹੜੀ ਗੱਲ ਬਾਅਦ ਵਿੱਚ ਪੜ੍ਹਨੀ ਸੀ ਨਾ ਕਿਉਂਕਿ ਇਹਨਾਂ ਟੁੱਟ ਜਾਣਾ ਮੈਂ ਇਹਨਾਂ ਦੀ ਮੌਜੂਦਗੀ ਵਿੱਚ ਪੜ੍ਹਨਾ ਚਾਹਨਾ ਬਾਕੀ ਬਾਅਦ ਹੀ ਪੜਾਂਗੇ ਤਵੱਜੋ ਇੱਕ ਬਜ਼ੁਰਗ ਆਦਮੀ ਹੈ ਬਗੈਰ ਸੁਰ ਤੋਂ ਪੜ੍ਹਨਾ ਤਾਂ ਕਿ ਜਲਦੀ ਹੋ ਜਾਏ ਬਜ਼ੁਰਗ ਆਦਮੀ ਹੈ ਕਾਲਾ ਯਮਸ਼ੀ ਫੀ ਸੂਕਨ ਮਿਨ ਬਨੀ ਇਸਰਾਇਲ ਉਹ ਬਨੀ ਇਸਰਾਇਲ ਦੇ ਬਾਜ਼ਾਰ ਚ ਟੁਰਿਆ ਜਾਂਦਾ ਉੰਜ ਵਾਫਾ ਲਸ਼ ਪਾਸ਼ੇ ਇਸ ਅਬਸਰਹੁ ਮਸਕੀਨਨ ਅੱਗੋਂ ਇੱਕ ਮੰਗਤਾ ਮੇਰੇ ਦਿਖਾਈ ਮੇਰੀ ਗੱਲ ਦੀ ਸਮਝ ਆਉਂਦੀ ਜਿਹਨੀ ਉਹ ਬਜ਼ੁਰਗ ਬਾਬਾ ਟੁਰਿਆ ਜਾਂਦਾ ਤੇ ਇਸ ਅਬਸਰਹੁ ਮਸਕੀਨਨ ਅੱਗੋਂ ਇੱਕ ਮਸਕੀਨ ਟੁਰਿਆ ਆਉਂਦਾ ਰਿਜ਼ਵੀ ਜੇ ਤੂੰ ਉੱਠ ਕੇ ਨਾ ਨਾਰਾ ਲਾਇਆ ਤੇ ਸਵਾਦ ਨਹੀਂ ਨਾ ਜਦੋਂ ਮੈਂ ਮੰਜ਼ਲ ਪੜ੍ਹਨੀ ਉਦੋਂ ਵੀ ਆਉਂਦਾ ਉਹਨੇ ਕਹਿੰਦਾ ਵੀ ਬੰਦਾ ਬਾਬਾ ਹੀ ਤੇ ਹੈ ਟੌਰ ਵਾਲਾ ਇਹਨੂੰ ਮਦਦ ਕਹਿੰਦਾ ਇੰਨੀ ਅਸਰ ਆਗਾ ਦੇ ਕੁਝ ਦੇ ਉਹ ਬਾਬਾ ਬੋਲ ਕੇ ਕਹਿੰਦਾ ਕਾਲਾ ਆਮਨ ਤੋ ਬਿੱਲਾ ਬਲਾ ਕਿ ਲੈਸਾ ਇੰਦੀ ਸ਼ਾਇਉ ਵਾਨਾ ਉਦੀ ਕਉ ਮੇਰਾ ਅੱਲਾ ਤੇ ਇਮਾਨ ਹੀ ਪਰ ਮੇਰਾ ਬੋਝਾ ਖਾਲੀ ਜੇ ਕੁਝ ਹੁੰਦਾ ਤੇ ਤੈਨੂੰ ਦੇਦਾ ਹੁਣ ਫਿਕਰ ਹੀ ਥੋੜਾ ਹੀ ਜਿਹੜਾ ਮੈਂ ਲੱਗਾ ਪਣ ਉਹ ਕਹਿੰਦਾ ਨਹੀਂ ਦੇਂਦਾ ਅਗੇ ਆਇਆ ਨਹੀਂ ਉਹ ਕਹਿੰਦਾ ਸਲ ਤੋਂ ਕਾਲੇ ਵਜ ਹਿੱਲਾ ਵਜ ਹੁੱਲਾ ਦੇ ਨਾ ਦੇ ਦੇ ਸੁਭਾਨ ਅੱਲਾਹ ਨਾ 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 ਉਹ ਉਹ ਭਾਈ ਥੱਕੀ ਕੌਮ ਉਹਨੇ ਕਦੀ ਨਾ ਦੇਂਦਾ ਸਲ ਤੋਂ ਕਾਲੇ ਵਜ ਹਿੱਲਾ ਵਜ ਹੁੱਲਾ ਦੇ ਨਾ ਦੇ ਦੇ ਉਹ ਬਾਬਾ ਬੋਲ ਕੇ ਕਹਿੰਦਾ ਲਕਦ ਸਲਤਾਨੀ ਬੀ ਅਮਰੇ ਨਜ਼ੀਮ ਐਡਾ ਵੱਡਾ ਵਾਸਤਾ ਪਾਏ ਅੱਲਾਹ ਅੱਲਾਹ पहले मैं हवाला दे देता कि तकलीफ ना होए खिलियातुल औलिया अबू नोइम अस्फहानी लिखते हैं जी एडा बड़ा वास्ता वल्लाहु अल्लज़ी ला इलाहा इल्ला हुआ उस रब दी कसम है जिदे कब्जे च मेरी जान है लैसा इंदी शयन मेरे कोल शय कोई नहीं पर तू वास्ता वज हुल्ला दा पाया है मैं किथे पढ़ रहा वास्ता मैं उठ के टुट चलया मैनु स्वाद नहीं आ रहा वज हुल्ला दा पाए इल्ला ਫਿਸੂਕ ਮੇਰੀ ਬਾਹ ਫੜ ਲੈ ਮੈਨੂੰ ਬਰਦਿਆਂ ਦੇ ਬਾਜ਼ਾਰ ਚ ਲੈ ਜਾ ਵਜ ਹੁੱਲਾ ਦੇ ਨਾਂ ਤੇ ਵੇਚ ਦੇ ਇਹ ਤਾਂ ਥੋੜੇ ਸੁਣਨਾਂ ਦੇ ਲੋਕ ਨੇ ਜਿਹਨਾਂ ਮੈਨੂੰ ਸਦ ਲਿਆ ਇਲਮ ਸੁਣਾ ਏ ਮੇਰੀ ਬਾਹ ਫੜ ਇਲਾ ਉਨ ਤਬੀਆ ਵੀ ਫਿਸੂਕ ਵਜ ਹੁੱਲਾ ਦਾ ਵਾਸਤਾ ਪਾਏ ਲੈ ਚੱਲ ਮੈਨੂੰ ਕਿਤੇ ਬਰਦਾ ਫਰੋਸ਼ਾਂ ਦੇ ਬਾਜ਼ਾਰ ਚ ਉਹ ਜਾਗਾ ਓਏ ਵੇਚ ਦੇ ਉਹ ਕਿੰਦਾ खरीद लिया 400 रुपये 400 खरीद के कर लिया उन्होंने शर्म आती है भी है गुलाम ते मेरे प्यो दादे की उम्र है मैं ते कोल काम की लवा ना कुछ ना सारा दिन वो अपने काम करता है एक दिन वो बाबा उन्हों कहिंदा मैनू खरीद के लिया है ते यार को काम लै जा खुदा दे वास्ते सुन तू काम लै वो कहिंदा इन्ना कु शैफ कबीर तू है बुजुर्ग ते मैनू आउंदी है शर्म तू करन जोगा की है की काम लवा वो कहिंदा ला तो शुको अलैया नो टेंशन नो रौला जेड़ा नहीं होना हुंदा ओ दस ना 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 लुत्फ नहीं आ रहा सन उन जेड़ा काम नहीं हुंदा मुर्शद सुनया जी ओ दस उन्हें कहा मैं बनानी कोठा ते आ बट्टे पए ने काफी सारे ये चुकदे थे ऐरे खटने ने हौली हौली 2-4-5-6 दिन दे विच ये वट्टे जड़े ने एक पासे करदे ढोदे बाबा ते मैं जदों ये ढोल लैंदा ना मिस्त्री सद के ऐरे खट लांगे ओ गया बूहों बाहर जदों मुड़ के आ फन तक ला मैंने सात ने ओ वट्टे सुभान अल्लाह मैं हले तो बोर हो रहा जा मुड़ के आ वट्टे अजय ने वट्टे उद हुंदा ओ तू ते बड़े कम दा ते 6 बंदे लांदे ਕਿਤੇ ਵੱਟੇ ਉਧਰ ਨਹੀਂ ਸੀ ਹੁੰਦੇ ਲੈ ਵੀ ਗੱਲ ਸੁਣ ਉਹਨੂੰ ਮੈਨੂੰ ਤੇਰੇ ਤੇ ਬਾਬਾ ਬੜਾ ਯਕੀਨ ਆ ਗਿਆ ਮੈਂ ਚੱਲਿਆ ਕਿਧਰੇ ਪਰੋਣਾ ਪਰੋਣਾ ਜਾਂਦੇ ਬੋਲੋ ਸਹੀ ਮੇਰੇ ਤੇ ਮੌਲਵੀ ਫਰਕ ਹੈ ਵੀ ਮੈਂ ਨਾਲ ਲੈ ਕੇ ਟੁਰਨਾ ਨੇ ਛੱਟੇ ਨਹੀਂ ਜੁੜ ਪੈਂਦਾ ਰੱਟਿਆ ਨਹੀਂ ਹੁੰਦਾ ਮੈਂ ਚੱਲਿਆ ਪਰੋਣਾ ਤੇ ਮੇਰੇ ਆਉਂਦਾ ਨੂੰ ਇੱਟਾਂ ਬਣਾਉਂਦਾ ਰੋ ਕਰਦਾ ਰੋ ਤਾਂ ਕਿ ਆਪਾਂ ਇੱਥੇ ਮਕਾਨ ਬਣਾਵਾਂਗੇ ਫਲਮਾ ਰਾਜਾ ਫਕਦ ਸ਼ਈਦਾ ਬੁਨਿਆਦ ਉਹ ਮੁੜ ਕੇ ਆ ਤੇ ਅੱਗੇ ਕੋਠੀ ਤਿਆਰ ਸੁਭਾਨ ਅੱਲਾਹ ਮੁੜ ਕੇ ਆਇਆ
ਤੇ ਅੱਗੇ ਕੋਠੀ ਤਿਆਰ ਕਿਵੇਂ ਬਣਾਈਏ ਉਹਨ ਮੈਂ ਸੁਭਾਨ ਅੱਲਾਹ ਨਹੀਂ 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 ਸਵਾਦ ਇੱਥੇ ਆਣਾ ਮੈਂ ਉਹ ਕਹਿੰਦਾ ਸਲ ਤੋਂ ਕਲ ਵਜ ਹਿੱਲਾ ਮਨ ਅੰਤ ਵਜ ਹੁੱਲਾ ਦਾ ਵਾਸਤਾ ਹੀ ਦੱਸ ਹੋਇਆ ਤੂੰ ਕੌਣ ਹੈ ਸੁਭਾਨ ਅੱਲਾਹ ਸੁਭਾਨ ਅੱਲਾਹ ਬੰਦਾ ਜਿਸ ਕਰਾਂਦੇ ਉਹ ਸੁਣੋ ਵੀ ਕੌਣ ਹੈ ਤੂੰ ਵਜ ਹੁੱਲਾ ਦਾ ਵਾਸਤਾ ਹੀ ਉਹ ਕਹਿੰਦਾ ਲਕਦ ਸਲਤਾਨੀ ਅਮਰਨ ਅਜ਼ੀਮ ਵਾਸਤਾ ਉਹ ਹੀ ਪਾਇਆ ਹੀ ਹਾਏ 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 ਜਿਸ ਵਾਸਤੇ ਦੇ ਸਦਕੇ ਮੈਂ ਤੇਰਾ ਨੌਕਰ ਬਣਿਆ ਜਿਹੜਾ ਨੌਕਰ ਬਣਿਆ ਜਾਗੀ ਆਖੜੇ ਕਰਕੇ ਸਿਰ ਨੂੰ ਦਾਤ ਦੇਈ ਹੋਏ ਉਹਨੇ ਕਹਾ ਦੱਸੋ ਬਾਬਾ ਕੌਣ ਹੈ فرمایا ਅਨਲ ਖਿਜ਼ਰੁੱਲਾ ਦੀ ਸਮੇਂ ਤਾਂ ਮੈਨੂੰ ਕਦੀ ਖਿਜ਼ਰ ਦਾ ਨਾਮ ਸੁਣੇ ਉਹਨੇ ਕਹਾ ਨਬੀ ਕਹਿਣ ਲਗਾ ਮੈਂ ਹੀ ਆਉ नारे तकबीर नारे निसाल नारे हैदरी नारे तहकी नारे रोसिया खड़े करो सुथी कहो उन्हें क्या मैं पहचानिया नहीं एक गल और सुन लिया जी फिर थोड़ी पांच मिनट गुजर गया पांच और थोड़ी उन्हें क्या मैं अदल खिजरुल्ला जी समेत मैनो मेरा ना सुनी ओ खिजर मैं ओ कदमाए ने के किंदा अंता होर जाओ छुट्टी पर औसी नहीं कोई नसीहत दे करके जाओ कोई वसीयत दे करके जाओ और ए फिकरा पल्ले पल के जाया जे हजरत खिजरा दी वेकियां दे ने मन सोए लाले वज हुल्ला जिस बंदे कोलों वज हुल्ला दा वास्ता पाके मंगया जाए ओ हो जिस बंदे कोलों वज हुल्ला दा वास्ता पाके मंगया जाए हड्डियां होणगियां ना गोश्त ना मांस ना चमड़ा ना खून इवें डरावना जा चेहरा हड्डियां दा मजमूआ वो कहेगा मौला मैं दुनिया च बड़ा सोहना सा ਐ ਕੀ ਕੀਤੇ ਅੱਲਾ ਕਹੇਗਾ ਤੂੰ ਮੇਰੇ ਚਿਹਰੇ ਦਾ ਹਿਆ ਕੀਤਾ ਇਹ ਤੁਹਾਡੇ ਲਈ ਤੂੰ ਮੇਰੇ ਚਿਹਰੇ ਦਾ ਹਿਆ ਕੀਤਾ ਜਿਹੜਾ ਅੱਜ ਤੇਰਾ ਕਰਾਂ ਉਹ ਬੋਲਦੇ ਸੀ ਸੁਭਾਨ ਅੱਲਾ ਤੂੰ ਮੇਰੇ ਚਿਹਰੇ ਦਾ ਹਿਆ ਨਹੀਂ ਕੀਤਾ ਅੱਜ ਮੈਂ ਤੇਰਾ ਚਿਹਰਾ ਹਿਆ ਕਰਾਂ ਮਹਬੂਬੇ ਸੁਭਾਨੀ ਮਹਬੂਬ ਅਲ-ਮੁਸ਼ਾਇਦ ਖਾਜਾ ਨਿਜ਼ਾਮੂਦੀਨ ਔਲੀਆ मैं इन्हां दे मज़ार ते भी खिताब कीता दिल्ली निजामुद्दीन औलिया फरमांदे ने जिहड़ा बंदा चाहे कि मैं खिज़र अलैहिस्सलाम दी ज़ियारत करां वो फरमांदे ने ज़ोर दी नमाज तो बाद 10 नफल पढ़े पहली रकात ही सूरत अलम तरा कैफा फाल रब्बो का बे असहाबिल फील इथों लगे वन्नास तक 10 सूरतां बनदियां ने ये 10 पढ़े 10 दिन नहीं गुजरनगे खिजर मिल पैणगे सुभान अल्लाह